ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਟਰੈਵਲਰ ਕਿਚ ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਸੌਕਨ ਸਿੰਘ ਤੂਰ ਅਤੇ ਆਪਾਂ ਪਹੁੰਚ ਚੁੱਕੇ ਹਾਂ ਸਿਟੀ ਪੈਲਸ ਮਿਊਜ਼ੀਅਮ ਉਦੈਪੁਰ ਦੇ ਵਿੱਚ। ਅਤੇ ਜਿਵੇਂ ਤੁਹਾਨੂੰ ਪਤਾ ਕਿ ਆਪਾਂ ਮੋਗਾ ਟੂ ਮਾਊਂਟ ਆਬੂ ਸੀਰੀਜ਼ ਬਣਾ ਰਹੇ ਹਾਂਗੇ, ਉਹਦੇ ਤਹਿਤ ਆਪਾਂ ਉਦੈਪੁਰ ਪਹੁੰਚ ਚੁੱਕੇ ਹਾਂ। ਅਤੇ ਉਦੈਪੁਰ ਦੀ ਸਭ ਤੋਂ ਜਿਹੜੀ ਖਾਸ ਅਟਰੈਕਸ਼ਨ ਹੈਗੀ, ਸਭ ਤੋਂ ਖਾਸ ਪਲੇਸ ਹੈਗੀ, ਜਿਹੜਾ ਕਿ ਇੱਥੋਂ ਦੇ ਰਾਜਾ ਮੇਵਾੜ ਦਾ ਕਿਲ੍ਹਾ। ਆਪਾਂ ਉੱਥੇ ਪਹੁੰਚ ਚੁੱਕੇ ਹਾਂ ਅਤੇ ਉਹਦੇ ਪ੍ਰਵੇਸ਼ ਦੁਆਰ ਦੇ ਵਿੱਚ ਆਪਾਂ ਖੜ੍ਹੇ ਹਾਂ। ਅਤੇ ਆ ਜਾਓ ਆਪਾਂ ਅੰਦਰ ਨੂੰ ਚੱਲਦੇ ਹਾਂਗੇ, ਥੋੜ੍ਹਾ ਬਹੁਤਾ ਇਤਿਹਾਸ ਜਿੰਨਾ ਕੁ ਆਪਾਂ ਨੂੰ ਪਤਾ ਤੁਹਾਡੇ ਨਾਲ ਸਾਂਝਾ ਕਰਾਂਗੇ। ਅਤੇ ਫਿਲਹਾਲ ਤੁਸੀਂ ਇਤਿਹਾਸ ਜਿਹੜਾ ਹਿਸਟੋਰੀਕਲ ਚੀਜ਼ਾਂ ਨੇ ਉਹ ਹਿਸਟਰੀ ਦੇ ਵਿੱਚ ਕਾਫੀ ਪੜ੍ਹ ਚੁੱਕੇ ਹੋਵੋਗੇ। ਅਤੇ ਫਿਲਹਾਲ ਆਪਾਂ ਆਏ ਹਾਂ ਘੁੰਮਣ, ਅਤੇ ਘੁੰਮਣ ਘੁਮੇਰੀਆਂ ਦੇ ਵਿੱਚ ਆਪਾਂ ਤੁਹਾਡੇ ਨਾਲ ਬਾਹਲਾ ਇਤਿਹਾਸਕ ਨਹੀਂ ਹੋਵਾਂਗੇ। ਫਿਲਹਾਲ ਆਪਾਂ ਤੁਹਾਡੇ ਨਾਲ ਇੱਥੋਂ ਦਾ ਜੋ ਕਿਲ੍ਹੇ ਦੀਆਂ ਖਾਸ ਚੀਜ਼ਾਂ ਨੇ ਉਹ ਸਾਂਝੀਆਂ ਕਰਾਂਗੇ। ਅਤੇ ਆਪਾਂ ਇਹਨੂੰ ਇੱਕ ਵੀਡੀਓ ਨੂੰ ਇੰਜੋਏ ਵਾਲੇ ਪਾਸੇ ਲੈ ਕੇ ਚੱਲਾਂਗੇ, ਤਾਂ ਜੋ ਤੁਸੀਂ ਇੱਥੇ ਆਓ ਅਤੇ ਪੜ੍ਹਾਈ ਵਾਲੇ ਪਾਸੇ ਨਾ ਜਾ ਕੇ ਤੁਸੀਂ ਇਹ ਕਿਲ੍ਹੇ ਦੇ ਵਿੱਚ ਜਿਹੜਾ ਆਪਦਾ ਵਧੀਆ ਸਮਾਂ ਬਤੀਤ ਕਰ ਸਕੋ, ਜੋ ਤੁਹਾਡੀਆਂ ਅੱਖਾਂ ਨੂੰ ਚੰਗਾ ਲੱਗੇ। ਚਲੋ ਆ ਜਾਓ ਵੱਧਦੇ ਹਾਂ ਅੱਗੇ ਨੂੰ। ਖੈਰ ਕਿਲ੍ਹੇ ਦੀ ਸਾਂਭ ਸੰਭਾਲ ਕਾਫੀ ਵਧੀਆ ਕੀਤੀ ਹੋਈ ਆ। ਇਹ ਬਾਹਰ ਸਟੋਰਸ ਛੋਟੇ ਛੋਟੇ ਬਣੇ ਹੋਏ ਆ ਜਿੱਥੇ ਕਿ ਇੱਥੋਂ ਦਾ ਹੱਥੀਂ ਬਣਿਆ ਸਮਾਨ ਮਿਲਦਾ ਹੈ। ਅਤੇ ਜਿਹੜੀ ਕਿਲ੍ਹੇ ਦੀ ਸਾਂਭ ਸੰਭਾਲ ਇੰਨੀ ਸੋਹਣੀ ਕੀਤੀ ਹੋਈ ਆ, ਇਹ ਆਰਮੀ ਦੇ ਵੱਲੋਂ ਇਹਦੀ ਸਾਂਭ ਸੰਭਾਲ ਕੀਤੀ ਜਾ ਰਹੀ ਆ। ਖੈਰ ਕਿਲ੍ਹਾ ਹਜੇ ਵੀ ਕਾਫੀ ਜਵਾਨ ਪਿਆ ਹੈ। ਅਤੇ ਜੇ ਮੈਂ ਕਿਲ੍ਹੇ ਦੀ ਗੱਲ ਕਰਾਂ ਸਿਟੀ ਪੈਲਸ ਦੀ, ਤਾਂ ਇਹ ਤਕਰੀਬਨ ਕੋਈ 450 ਸਾਲ ਪੁਰਾਣਾ ਹੈ। ਅਤੇ ਇਹਨੂੰ 1969 ਦੇ ਵਿੱਚ ਪਬਲਿਕ ਦੇ ਲਈ ਖੋਲ੍ਹ ਦਿੱਤਾ ਗਿਆ ਸੀਗਾ ਕਿ ਪਬਲਿਕ ਇੱਥੇ ਆ ਸਕਦੀ ਆ, ਦੇਖ ਸਕਦੀ ਆ ਅਤੇ ਕਿਲ੍ਹੇ ਦੇ ਵਿੱਚ ਘੁੰਮ ਫਿਰ ਕੇ ਇੰਜੋਏ ਕਰ ਸਕਦੀ। ਅਤੇ ਸਾਹਮਣੇ ਆਪਾਂ ਰੈਸਟੋਰੈਂਟ ਕੈਫੇ ਵੇਖ ਰਹੇ ਹਾਂ ਅਤੇ ਜਿੱਥੇ ਕਿ ਤੁਸੀਂ ਆਪਦਾ ਫੂਡ ਇੰਜੋਏ ਕਰ ਸਕਦੇ ਹੋ। ਹਾਥੀ ਬਹੁਤ ਵੱਡੇ ਵੱਡੇ ਬਣੇ ਹੋਏ ਆ ਇੱਥੇ ਕਿਲ੍ਹੇ 'ਚ। ਖੈਰ ਮੀਨਾਕਾਰੀ ਤਾਂ ਜਿਵੇਂ ਆਪਾਂ ਨੂੰ ਪਤਾ ਕਿ ਰਾਜਸਥਾਨੀ ਆਰਕੀਟੈਕਟਸ ਦੀ ਬਹੁਤ ਹੀ ਵਧੀਆ ਹੈਗੀ, ਉਸ ਤਰ੍ਹਾਂ ਮੀਨਾਕਾਰੀ ਦਾ ਬਹੁਤ ਵਧੀਆ, ਗੇਟ ਬਹੁਤ ਸੋਹਣੇ ਆ, ਵੱਡੇ ਵੱਡੇ ਦਰਵਾਜ਼ੇ ਲੱਗੇ ਹੋਏ ਆ। ਅਤੇ ਜੇ ਫਰਸ਼ਾਂ ਦੀ ਗੱਲ ਕਰੀਏ ਤਾਂ ਪੱਥਰ ਇਹਨਾਂ ਕੋਲ ਵਾਧੂ ਆ ਅਤੇ ਹਰ ਜਗ੍ਹਾ 'ਤੇ ਪੱਥਰ ਲੱਗਾ ਹੋਇਆ, ਬੜਾ ਵਧੀਆ ਹੈ। ਪਰ ਮੈਂ ਸਮਝਦਾ ਕਿਤੇ ਨਾ ਕਿਤੇ ਇੱਥੇ ਗਰੀਨਰੀ ਦੀ ਲੋੜ ਆ, ਤਾਂ ਜੋ ਹਰੇਵਾਈ ਹੋਵੇ ਤਾਂ ਇੱਥੇ ਥੋੜ੍ਹਾ ਜਿਹੜਾ ਸੇਕ ਆ ਉਹ ਗਰਮੀਆਂ ਦੇ ਵਿੱਚ ਘੱਟ ਪਵੇ। ਹਾਥੀਆਂ ਦੀ ਗੱਲ ਕਰਦੇ ਹੀ ਤਾਂ ਘੋੜਾ ਵੀ ਆਪਾਂ ਨੂੰ ਤਬੇਲੇ ਦੇ ਵਿੱਚ ਖੜਾ ਵੇਖਣ ਨੂੰ ਮਿਲ ਗਿਆ। ਅਤੇ ਲਓ ਜੀ, ਇਹ ਆਪਾਂ ਵੇਖ ਰਹੇ ਹਾਂਗੇ ਮੇਵਾੜ ਦੇ ਰਾਜਿਆਂ ਦੇ ਜਿਹੜਾ ਫੈਮਿਲੀ ਟ੍ਰੀ ਹੈਗਾ, ਇਹਨੂੰ ਤੁਸੀਂ ਪਾਊਜ਼ ਕਰਕੇ ਸਲੋ ਕਰਕੇ ਫੈਮਿਲੀ ਟ੍ਰੀ ਮੇਵਾੜ ਦੇ ਰਾਜਿਆਂ ਦਾ ਵੇਖ ਸਕਦੇ ਹੋ। ਦਰਵਾਜ਼ੇ ਤਾਂ ਬੜੀ ਵਧੀਆ ਕਲਾਕਾਰੀ ਕੀਤੀ, ਬਹੁਤ ਹੀ ਘੈਂਟ ਬਣੇ ਹੋਏ ਆ। ਇਹ ਵੀ ਮੇਵਾੜ ਦੇ ਜਿਹੜੇ ਰੂਲਰਸ ਹੋਏ ਆ ਕਿ ਕਿੰਨੇ ਤੋਂ ਕਿੰਨੇ 100 ਈਸਵੀ ਦੇ ਵਿੱਚ ਹੋਏ ਆ, ਉਹ ਸਾਰਾ ਵੇਰਵਾ ਇਹਦੇ ਵਿੱਚ ਦਿੱਤਾ ਹੋਇਆ ਹੈ। ਖੈਰ ਜਿਹੜੀ ਕਲਾਕਾਰੀ ਆ ਬਹੁਤ ਘੈਂਟ ਕੀਤੀ ਹੋਈ ਆ, ਕਲਾਕਾਰੀ ਦਾ ਕਿਸੇ ਵੀ ਹੋਰ ਪ੍ਰਾਂਤ ਨਾਲ ਕੋਈ ਸੁਮੇਲ ਨਹੀਂ ਗਾ, ਕੋਈ ਤੋੜ ਨਹੀਂ ਗਾ। ਅਤੇ ਜਿਹੜੇ ਪੁਰਾਣੇ ਹਥਿਆਰ ਹੈਗੇ ਉਸ ਸਮੇਂ ਦੇ, ਉਹ ਵੀ ਸਾਂਭ ਕੇ ਰੱਖੇ ਹੋਏ ਆ, ਉਹ ਵੀ ਆਪਾਂ ਨੂੰ ਇੱਥੇ ਮਿਊਜ਼ੀਅਮ ਦੇ ਵਿੱਚ ਵੇਖਣ ਨੂੰ ਮਿਲ ਜਾਣਗੇ, ਜਿਨ੍ਹਾਂ ਦੀ ਕਾਫੀ ਵਧੀਆ ਸੇਵਾ ਸੰਭਾਲ ਕੀਤੀ ਹੋਈ ਆ, ਬਹੁਤ ਵਧੀਆ ਤਰੀਕੇ ਨਾਲ ਰੱਖੇ ਹੋਏ ਆ। ਖੈਰ ਜਿੰਨੀ ਇਹ ਟਿਕਟ ਲੈ ਰਹੇ ਆ, ਉਹ ਚੀਜ਼ ਇਹਨਾਂ ਨੂੰ ਇੱਥੇ ਪ੍ਰੋਵਾਈਡ ਕਰਨਾ ਵੀ ਇਹਨਾਂ ਦਾ ਫਰਜ਼ ਆ। ਚਲੋ ਆਪਾਂ ਇਹਦੀ ਟਿਕਟ ਬਾਰੇ ਗੱਲ ਕਰਦੇ ਹਾਂ, ਤਾਂ ਤਕਰੀਬਨ 400 ਰੁਪਏ ਪਰ ਪਰਸਨ ਦੀ ਟਿਕਟ ਆ, ਅਤੇ 150 ਰੁਪਏ ਬੱਚਿਆਂ ਦੀ ਟਿਕਟ ਆ, ਅਤੇ ਬਜ਼ੁਰਗਾਂ ਦੀ ਜਿਹੜੀ ਸੀਨੀਅਰ ਸਿਟੀਜ਼ਨ ਦੀ ਟਿਕਟ ਆ ਉਹ ਹੈ ਕੋਈ ਤਕਰੀਬਨ 250 ਰੁਪਏ। ਅਤੇ ਜੇ ਆਰਮੀ ਮੈਨ ਦੀ ਜਾਂ ਹੋਰ ਆਪਾਂ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਟਿਕਟ ਹੈਗੀ ਤਕਰੀਬਨ ਉਹ ਹੈਗੀ ਆ 150 ਰੁਪਏ। ਅਤੇ ਅੰਦਰ ਮੰਦਰ ਬਣਿਆ ਹੋਇਆ ਬਹੁਤ ਸੋਹਣਾ, ਅਤੇ ਬਹੁਤ ਸੋਹਣੀ ਮੰਦਰ ਦੇ ਵਿੱਚ ਕਲਾਕਾਰੀ ਕੀਤੀ ਹੋਈ ਆ। ਅਤੇ ਜੇ ਬਾਹਰੀ ਮਾਹੌਲ ਦੀ ਵੀ ਗੱਲ ਕਰੀਏ ਕਿਲ੍ਹੇ ਦੇ, ਜਿਵੇਂ ਕਿ ਅੰਦਰ ਅਲੱਗ ਅਲੱਗ ਲੌਬੀਆਂ ਬਣੀਆਂ ਹੋਈਆਂ ਨੇ, ਗੈਲਰੀਜ਼ ਬਣੀਆਂ ਹੋਈਆਂ ਨੇ, ਤਾਂ ਆਪਾਂ ਹੁਣ ਇੱਕ ਅਲੱਗ ਹੀ ਗੈਲਰੀ 'ਚ ਖੜ੍ਹੇ ਹਾਂ, ਅਤੇ ਜਿਹਦਾ ਬਾਹਰੋਂ ਆਪਾਂ ਤੁਹਾਨੂੰ ਦਿਖਾ ਕੇ ਆਏ ਹਾਂ ਕਿ ਬੜੀ ਸੋਹਣੀ ਦਿਖਦੀ ਸੀ।
खैर जिस तरह किले की सेवा संभाल हैगी जिहड़े हिसाब नाल मेनटेन किया होया है इदां लग ही नहीं रहा कि 450 साल पुराना किला है। ਜੇ ਆਪਾਂ ਫਰਸ਼ ਦੇ ਵਿੱਚ ਪੱਥਰ 'ਚ ਕਹੀਏ ਤਾਂ ਅੱਜ ਵੀ ਉਹੀ ਸ਼ਾਈਨ ਵੇਖਣ ਨੂੰ ਮਿਲਦੀ ਆ। ਮੰਦਿਰ ਵਿੱਚ ਬਣੇ ਹੋਏ ਹੈਗੇ ਤੇ ਛੋਟਾ ਜਿਹਾ ਬਾਥ ਟੱਬ ਬਣਿਆ ਹੋਇਆ ਏ। ਅਲੱਗ ਅਲੱਗ ਬਾਹਰੋਂ ਠੰਡੀ ਹਵਾ ਆਉਣ ਵਾਸਤੇ ਜਿਹੜੀਆਂ ਵਿੰਡੋਜ਼ ਦਿੱਤੀਆਂ ਹੋਈਆਂ ਨੇ ਤੇ ਆਪਾਂ ਵੀ ਵਿੰਡੋਜ਼ ਦੇ ਵਿੱਚ ਦੀ ਬਾਹਰ ਦੇਖਾਂਗੇ ਤੇ ਤੁਹਾਨੂੰ ਬਾਹਰੀ ਵਿਊ ਵੀ ਦਿਖਾਵਾਂਗੇ। ਇਹ ਬਾਹਰ ਜਿਹੜੀ ਆਪਾਂ ਲੌਬੀ ਕਹਿ ਰਹੇ ਹਾਂ ਗੈਲਰੀ ਬਣੀ ਹੋਈ ਹੈਗੀ ਇਹ ਵਿੰਡੋ ਦੇ ਵਿੱਚੋਂ ਬਾਹਰੀ ਦ੍ਰਿਸ਼। ਕਿਲਿਆਂ ਦੇ ਵਿੱਚ ਇੱਕ ਚੀਜ਼ ਮੈਂ ਹੋਰ ਖਾਸ ਜਿਹੜੀ ਹੁੰਦੀ ਆ ਉਹ ਤੁਹਾਨੂੰ ਹੁਣ ਆਪਾਂ ਸਟੇਅਰਸ ਚੜ੍ਹ ਰਹੇ ਹਾਂ ਤਾਂ ਦੱਸ ਦੇਣਾ ਚਾਹੁੰਦਾ ਕਿ ਜਿੰਨੇ ਰਸਤੇ ਹੈਗੇ ਉਹ ਆਮ ਤੌਰ 'ਤੇ ਭੀੜੇ ਰੱਖੇ ਜਾਂਦੇ ਆ। ਪੌੜੀਆਂ ਜਿਹੜੀਆਂ ਨੇ ਸਟੇਅਰਸ ਉਹ ਭੀੜੀਆਂ ਰੱਖੀਆਂ ਜਾਂਦੀਆਂ, ਮਤਲਬ ਉਹ ਤੰਗ ਹੁੰਦੀਆਂ ਨੇ, ਜ਼ਿਆਦਾ ਖੁੱਲੀਆਂ ਨਹੀਂ ਹੁੰਦੀਆਂ। ਉਹਦਾ ਕਾਰਨ ਇਹ ਹੈ ਕਿ ਜੇਕਰ ਬਾਹਰੀ ਫੌਜ ਹਮਲਾ ਕਰ ਦੇਵੇ ਤਾਂ ਇੱਥੇ ਜੇਕਰ ਘੱਟ ਫੌਜ ਵੀ ਆ ਕਿਲੇ ਦੇ ਵਿੱਚ ਤਾਂ ਇੱਕ ਪਰਸਨ ਹੀ ਜਿਹੜਾ ਇੱਕ ਤਗੜਾ ਫੌਜੀ ਹੀ ਜਿਹੜਾ ਹੈਗਾ ਉਹ 100-150 ਬੰਦੇ ਨੂੰ ਆਰਾਮ ਨਾਲ ਉਸ ਗਲੀ ਦੇ ਵਿੱਚ ਰੋਕ ਕੇ ਰੱਖ ਸਕਦਾ, ਉਹਨੂੰ ਅੱਗੇ ਵਧਣ ਤੋਂ ਰੋਕ ਸਕਦਾ, ਤਾਂ ਜੋ ਜਿਹੜੀ ਪਿਛਲੀ ਫੌਜ ਆ ਉਹਨੇ ਸਮੇਂ ਦੇ ਵਿੱਚ ਆਪਦੀ ਤਿਆਰੀ ਖਿੱਚ ਕੇ ਲੜਨ ਦੇ ਲਈ ਤਿਆਰ ਹੋ ਜਾਵੇ, ਜਾਂ ਆਪਣੇ ਬਚਾਅ ਦੇ ਲਈ ਜੇਕਰ ਇੱਥੋਂ ਨਿਕਲਣਾ ਹੈਗਾ ਤਾਂ ਉਹ ਜਿਵੇਂ ਇਹਨਾਂ ਦੇ ਪੁਰਾਣੇ ਚੋਰ ਦੁਆਰ ਬਣੇ ਹੁੰਦੇ ਸੀਗੇ ਜਾਂ ਪਿਛਲੇ ਦਰਵਾਜ਼ੇ ਹੁੰਦੇ ਸੀਗੇ ਉੱਥੋਂ ਦੀ ਨਿਕਲ ਸਕੇ। ਤਾਂ ਲਓ ਜੀ ਰਾਜਸਥਾਨੀ ਸੰਗੀਤ ਚੱਲ ਰਿਹਾ ਹੈਗਾ ਅਤੇ ਬੜੀਆਂ ਵਧੀਆ ਧੁਨਾਂ ਆ ਰਹੀਆਂ ਸੀ ਅਤੇ ਆਪਾਂ ਪਰ ਕਾਪੀਰਾਈਟ ਦੇ ਚੱਕਰ ਦੇ ਵਿੱਚ ਜਿਹੜੀ ਉਹ ਆਪਾਂ ਮਿਊਜ਼ਿਕ ਹੈਗਾ ਉਹਨੂੰ ਆਪਾਂ ਵੀਡੀਓ 'ਚ ਨਹੀਂ ਲਿਆ। ਲੈ ਵੀ ਜਿਹੜਾ ਬਾਹਰੀ ਵਿਊ ਜਿਹਦੀ ਆਪਾਂ ਗੱਲ ਕਰਦੇ ਸੀਗੇ ਉਹ ਹੁਣ ਆਪਾਂ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ। ਇਹ ਆਪਾਂ ਦੇਖ ਰਹੇ ਹਾਂ ਬਾਹਰੋਂ, ਬੜਾ ਮਨ ਪ੍ਰਸੰਨ ਹੁੰਦਾ, ਬੜਾ ਮਨ ਖੁਸ਼ ਹੋਇਆ ਬਾਹਰ ਦੇਖ ਕੇ ਕਿ ਜੋ ਸਿਟੀ ਪੈਲਸ ਦੇ ਵਿੱਚੋਂ ਬਾਹਰ ਦਾ ਵਿਊ ਦਿੰਦਾ ਹੈ ਉਹ ਸੱਚੋ ਹੀ ਬਹੁਤ ਬਾ ਕਮਾਲ ਆ। ਖੈਰ ਜੇ ਆਪਾਂ ਲੇਕ ਦੀ ਵੀ ਗੱਲ ਕਰੀਏ ਤਾਂ ਇਹ ਲੇਕ ਦਾ ਨਾਂ ਪਿੰਚੋਲਾ ਲੇਕ ਆ। ਜਿਹੜੀ ਪਿੰਚੋਲਾ ਲੇਕ ਆ ਬਹੁਤ ਹੀ ਵੱਡੀ ਲੇਕ ਆ ਜਿਹੜੀ ਕਿ ਉਦੈਪੁਰ ਦੇ ਵਿੱਚ ਆ ਅਤੇ ਕਾਫੀ ਫੇਮਸ ਆ। ਅਤੇ ਆਪਾਂ ਕਿਲੇ ਦੇ ਨਾਲ ਨਾਲ ਤੁਹਾਨੂੰ ਹੋਰ ਅਗਾਊਂ ਜਾਣਕਾਰੀ ਵੀ ਦੇ ਦਿੰਦੇ ਹਾਂਗੇ ਸਿਟੀ ਪੈਲਸ ਤੋਂ ਬਿਨਾਂ ਕਿ ਇੱਥੇ ਪਿੰਚੋਲਾ ਲੇਕ ਦੇ ਵਿੱਚ ਵੀ 5-star ਜਿਹੜੇ ਹੋਟਲਸ ਰਿਜ਼ੋਰਟਸ ਬਣੇ ਹੋਏ ਆ ਅਤੇ ਇਹਦੇ ਕਿਨਾਰੇ ਦੇ ਉੱਤੇ ਵੀ ਬਹੁਤ ਸਾਰੇ ਜਿਹੜੇ ਕੈਫੇ ਵਗੈਰਾ ਬਣੇ ਹੋਏ ਆ ਅਤੇ ਹੋਟਲਸ, ਅਤੇ ਇਹਦੇ ਪਿੰਚੋਲਾ ਲੇਕ ਦੇ ਜਿਹੜੇ ਵਿਊਜ਼ ਆ ਉਹ ਬਹੁਤ ਹੀ ਘੈਂਟ ਆਉਂਦੇ ਆ ਉਹਨਾਂ ਪ੍ਰੋਪਰਟੀਜ਼ ਦੇ ਵਿੱਚੋਂ। ਅਤੇ ਆਪਾਂ ਕੋਸ਼ਿਸ਼ ਕਰਾਂਗੇ ਇਹੋ ਜਿਹੇ 2-4 ਕੈਫੇ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਸਾਂਝੇ ਕਰੀਏ ਅਤੇ ਜੇ ਕੋਈ ਹੋ ਸਕਿਆ ਤਾਂ ਆਪਾਂ ਤੁਹਾਡੇ ਨਾਲ ਕਿਨਾਰੇ 'ਤੇ ਬਣਿਆ ਕੋਈ ਵਧੀਆ ਰਿਜ਼ੋਰਟ ਵਗੈਰਾ ਉਹ ਵੀ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਨਾਲ ਸਾਂਝਾ ਕਰ ਲਈਏ। ਬੜੀ ਵਧੀਆ ਕਲਾਕਾਰੀ ਕੀਤੀ ਹੋਈ ਹੈਗੀ ਸ਼ੀਸ਼ੇ ਦੇ ਨਾਲ ਗਲਾਸ ਨਾਲ। ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਇਹ ਅੱਗੇ ਵੀ ਆਪਾਂ ਉਹੀ ਚੀਜ਼ ਦੇਖ ਰਹੇ ਹਾਂ, 5-star ਰਿਜ਼ੋਰਟ ਆ ਜਿਹੜਾ ਆਪਾਂ ਸਾਹਮਣੇ ਵੇਖ ਰਹੇ ਹਾਂ ਅਤੇ ਇਹਦੇ ਤੱਕ ਜਾਣ ਦੇ ਲਈ ਤੁਹਾਨੂੰ ਫਾਇਰੀ 'ਤੇ ਜਾਂ ਪ੍ਰੋਪਰਟੀ ਦੀ ਜਿਹੜੀਆਂ ਆਪਣੀਆਂ ਬੋਟਸ ਵਗੈਰਾ ਉਹੀ ਯੂਜ਼ ਹੋਣਗੀਆਂ। ਲਓ ਜੀ ਆਪਾਂ ਸਿਟੀ ਪੈਲਸ ਦੇ ਬਹੁਤ ਟੌਪ 'ਤੇ ਪਹੁੰਚ ਚੁੱਕੇ ਹਾਂਗੇ ਅਤੇ ਹੁਣ ਜੇ ਆਪਾਂ ਗੱਲ ਕਰਦੇ ਹਾਂ ਤਾਂ ਥੋੜ੍ਹਾ ਬਹੁਤਾ ਹੀ ਆਪਣਾ ਵੇਖਣ ਵਾਲਾ ਰਹਿ ਗਿਆ ਏ। ਕਾਫੀ ਵੱਡੀ ਪ੍ਰੋਪਰਟੀ ਹੈਗੀ ਸਿਟੀ ਪੈਲਸ ਅਤੇ ਪਰ ਆਪਾਂ ਫਿਰ ਵੀ ਕੋਸ਼ਿਸ਼ ਕੀਤੀ ਵੀ ਭੱਜ ਭੱਜ ਕੇ ਛੇਤੀ ਕਵਰ ਕਰਨ ਦੀ ਅਤੇ ਜਿੰਨਾ ਹੋ ਸਕਿਆ ਉਹਦੇ ਮੇਨ ਮੇਨ ਜਿਹੜੇ ਸ਼ੋਟ ਸੀ ਆਪਾਂ ਕੱਢੇ ਆ ਜਿਵੇਂ ਕਿ ਤੁਸੀਂ ਸਾਹਮਣੇ ਵੇਖ ਹੀ ਰਹੇ ਹੋ। ਪ੍ਰੋਪਰਟੀ ਸੱਚੀ ਸਿਟੀ ਪੈਲਸ ਬਹੁਤ ਹੀ ਵਧੀਆ
ਆਰਕੀਟੈਕਟ ਕੀਤਾ ਹੋਇਆ ਹੈ, ਬਹੁਤ ਹੀ ਸੋਹਣੀ ਮੀਨਾਕਾਰੀ ਕੀਤੀ ਹੋਈ ਆ, ਬੜਾ ਵਧੀਆ ਕੰਮ ਕੀਤਾ ਹੋਇਆ ਇਹਦੇ ਵਿੱਚ। ਅਤੇ ਜੇ ਆਪਾਂ ਮੇਵਾੜ ਦੇ ਰਾਜੇ ਦੀ ਗੱਲ ਕਰੀਏ ਤਾਂ ਸੁੰਨ ਦੇ ਵਿੱਚ ਆਇਆ ਵੀ ਜਿਹੜਾ ਪਹਿਲਾ ਕੰਡਾ ਹੈਗਾ ਭਾਰ ਤੋਲਣ ਵਾਲਾ ਵੇਇੰਗ ਮਸ਼ੀਨ, ਤਾਂ ਉਹ ਪਹਿਲੀ ਇਸ ਕਿਲੇ ਦੇ ਵਿੱਚ ਆਈ ਸੀ, ਜਿਹਦੇ ਉੱਤੇ ਰਾਜਾ ਆਪਣਾ ਜਿਹੜਾ ਵੇਟ ਆ ਉਹ ਮਾਪਿਆ ਕਰਦਾ ਸੀ ਕਿ ਕਿੰਨਾ ਹੈ। ਅਤੇ ਆਪਾਂ ਕੋਸ਼ਿਸ਼ ਕਰਦੇ ਹਾਂ ਅੱਗੇ ਜਾ ਕੇ ਤੁਹਾਨੂੰ ਉਹ ਵੇਇੰਗ ਮਸ਼ੀਨ ਦਿਖਾਉਂਦੇ ਹਾਂ। ਅਤੇ ਜੇ ਹੋਰ ਵੀ ਆਪਾਂ ਗੱਲ ਕਰੀਏ ਇੱਕ, ਤਾਂ ਜਿਹੜੀ ਇਹ ਸਾਹਮਣੇ ਆਪਾਂ ਚੇਅਰ ਪਈ ਵੇਖ ਰਹੇ ਵੀਲ ਚੇਅਰ, ਤਾਂ ਇਹ ਲੰਡਨ ਤੋਂ ਲਿਆਂਦੀ ਗਈ ਆ, ਜਿਹੜੀ ਕਿ ਇਹ ਇੰਡੀਆ ਦੇ ਵਿੱਚ ਆਉਣ ਵਾਲੀ ਪਹਿਲੀ ਵੀਲ ਚੇਅਰ ਆ, ਜੋ ਕਿ ਰਾਜਾ ਨੇ ਆਪਣੇ ਸੁੱਖ ਸਹੂਲਤ ਲਈ ਉੱਥੋਂ ਲੈ ਕੇ ਆਏ ਸੀ। ਇਹ ਵੇਇੰਗ ਮਸ਼ੀਨ ਆ ਗਈ ਸਾਹਮਣੇ ਵੇਟ ਮਾਪਣ ਦੇ ਲਈ, ਮੀਨਸ ਪੁਰਾਣੇ ਟਾਈਮ ਦਾ ਕੰਡਾ। ਇਸ ਕਲਾਕਾਰੀ ਦਾ, ਇਸ ਮੀਨਾਕਾਰੀ ਦਾ, ਇਸ ਆਰਕੀਟੈਕਟਰ ਦਾ ਸੱਚੀ ਕੋਈ ਤੋੜ ਨਹੀਂ ਗਾ ਜਿਹਨੇ ਇੰਨਾ ਵਧੀਆ ਕੰਮ ਕੀਤਾ ਇੱਥੇ। ਅਤੇ ਆਪਾਂ ਪਹੁੰਚ ਚੁੱਕੇ ਹਾਂ ਸ਼ਾਹੀ ਰਸੋਈ ਵੱਲ ਨੂੰ, ਜਿੱਥੇ ਕਿ ਇੱਥੋਂ ਦੇ ਜਿਹੜੇ ਪੁਰਾਣੇ ਬਰਤਨ ਵਗੈਰਾ ਪਏ ਆ, ਅਤੇ ਜਿੰਨੇ ਕੁ ਹੋ ਸਕੇ ਆਪਾਂ ਤੁਹਾਨੂੰ ਮੇਨ ਸ਼ੋਟ ਲੈ ਕੇ ਤੁਹਾਡੇ ਨਾਲ ਸਾਂਝੇ ਕਰਾਂਗੇ। ਇਹ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਝਾਕੀਆਂ ਵਿਖਾਈਆਂ ਗਈਆਂ ਨੇ ਉਸ ਸਮੇਂ ਦੀਆਂ, ਕਿ ਉਸ ਸਮੇਂ ਕਿਹੋ ਜਿਹਾ ਪਹਿਰਾਵਾ ਹੁੰਦਾ ਸੀ ਅਤੇ ਕਿਹੋ ਜਿਹੀਆਂ ਖੇਡਣ ਵਾਲੀਆਂ ਗੇਮਸ ਸੀਗੀਆਂ ਜਿਹੜੀਆਂ ਸਾਹਮਣੇ ਆਪਾਂ ਵੇਖ ਰਹੇ ਹਾਂਗੇ, ਅਤੇ ਕਿਹੋ ਜਿਹੇ ਉਦੋਂ ਦੇ ਬਾਣੇ ਹੁੰਦੇ ਸੀ ਜਿਹੜੇ ਪਾਏ ਜਾਂਦੇ ਸੀ। ਇਹ ਛੋਟੀਆਂ ਛੋਟੀਆਂ ਝਾਕੀਆਂ ਜਿਹੜੀਆਂ ਇੱਥੇ ਆਪਾਂ ਨੂੰ ਵੇਖਣ ਨੂੰ ਮਿਲਦੀਆਂ, ਤਾਂ ਜੋ ਆਪਾਂ ਉਸ ਸਮੇਂ ਦੇ ਟਾਈਮ ਨੂੰ ਫੀਲ ਕਰ ਸਕੀਏ। ਮਹਿਲ ਦੇ ਵਿੱਚ ਬਹੁਤ ਹੀ ਆਲੀਸ਼ਾਨ ਮਤਲਬ ਜਗ੍ਹਾ ਬਣੀਆਂ ਹੋਈਆਂ ਨੇ, ਜਿਵੇਂ ਇਹ ਵੀ ਆਪਾਂ ਇੱਕ ਅਲੱਗ ਤਰ੍ਹਾਂ ਦੀ ਬੈਠਕ ਜਾਂ ਇੱਕ ਤਰ੍ਹਾਂ ਦਾ ਤੁਸੀਂ ਕਹਿ ਲਓ ਛੋਟਾ ਦੀਵਾਨ ਦੇਖ ਰਹੇ ਹਾਂਗੇ। ਅਤੇ ਲਓ ਜੀ, ਇਸੇ ਤਰ੍ਹਾਂ ਹੀ ਆਪਾਂ ਚੱਲਦੇ ਹਾਂ ਬਾਹਰ ਨੂੰ, ਵੀਡੀਓ ਤਕਰੀਬਨ ਕੰਪਲੀਟ ਹੋਣ ਦੇ ਨੇੜੇ ਆ, ਅਤੇ ਜਾਂਦੇ ਜਾਂਦੇ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇੱਥੇ ਮੈਪ ਲੱਗੇ ਹੋਏ ਆ ਜਿਹਦੇ ਵਿੱਚ ਕਿ ਆਪਾਂ ਪੁਰਾਣੇ ਸਮੇਂ ਦਾ ਜਿਹੜਾ ਮੈਂ ਤੁਹਾਨੂੰ ਹੁਣ ਭਾਰਤੀ ਨਕਸ਼ਾ ਵੀ ਵਿਖਾਊਂਗਾ। ਅਤੇ ਇਹ ਛੋਟੇ ਛੋਟੇ ਇਹਨਾਂ ਨੇ ਆਪਦੇ ਜਿਵੇਂ ਤੁਸੀਂ ਕਹਿ ਲਓ ਮਾਡਲ ਬਣਾ ਕੇ ਰੱਖੇ ਹੋਏ ਆ ਆਰਕੀਟੈਕਟਰ ਨੇ। ਹਿੰਦੁਸਤਾਨ ਕਾ ਨਕਸ਼ਾ ਦੇਖੋ ਜੀ, ਪਹਿਲਾ ਜਿਹੜਾ ਹਿੰਦੁਸਤਾਨ ਦਾ ਨਕਸ਼ਾ ਉਹ ਇਸ ਤਰ੍ਹਾਂ ਦਾ ਸੀਗਾ, ਜਿਹੜਾ ਕਿ ਆਪਾਂ ਤੁਹਾਡੇ ਨਾਲ ਹੁਣ ਸਾਂਝਾ ਕਰ ਰਹੇ ਹਾਂ। ਅਤੇ ਇਸੇ ਤਰ੍ਹਾਂ ਹੀ ਜਾਂਦੇ ਜਾਂਦੇ ਆਪਾਂ ਤੁਹਾਨੂੰ ਰਿਕੁਐਸਟ ਕਰਦੇ ਹਾਂ ਕਾਇੰਡਲੀ, ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਬਹੁਤ ਸਾਰਾ ਵਧੀਆ ਵਧੀਆ ਕੰਟੈਂਟ ਜਿਹੜਾ ਔਨ ਦੀ ਵੇ ਆ। ਪਲੀਜ਼ ਜਿਹੜੇ ਕਮੈਂਟ ਨਹੀਂ ਕਰਦੇ ਉਹ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਦੇ ਵਿੱਚ ਕੋਈ ਕਮੀ ਰਹਿ ਜਾਂਦੀ ਆ ਜਾਂ ਆਪਾਂ ਨੂੰ ਕਿਹੋ ਜਿਹੀ ਵੀਡੀਓ ਚਾਹੀਦੀ ਆ। ਮਿਲਦੇ ਹਾਂ ਜਲਦੀ ਅਗਲੀ ਵੀਡੀਓ ਨਾਲ, ਸਤਿ ਸ਼੍ਰੀ ਅਕਾਲ ਜੀ।